ਕਰੋਨਾ ਵਾਇਰਸ ਲੋਕਡਾਊਨ ਕਰੋਨਾ ਵਾਇਰਸ ਨੂੰ ਰੋਕਣ ਵਾਸਤੇ ਲੋਕਡਾਊਨ ਕੀਤਾ ਗਿਆ, ਮਤਲਬ ਕਿ ਸਾਡੇ ਭਲੇ ਲਈ ਸਰਕਾਰ ਨੇ ਬਹੁਤ ਵਧੀਆ ਫੈਸਲਾ ਲਿੱਤਾ ਹੈ। ਔਰ ਰਹੀ ਗੱਲ ਇਹ ਲੋਕਡਾਊਨ, ਅਸੀਂ ਇੱਕ ਮਹੀਨਾ ਵੀ ਰਹਿ ਸਕਦੇ ਹਾਂ, ਦੋ ਮਹੀਨੇ ਵੀ ਰਹਿ ਸਕਦੇ ਹਾਂ, ਡਿਪੈਂਡ ਕਿ ਅਸੀਂ ਕਿੰਨੀ ਲੜਾਈ ਲੜ ਸਕਦੇ ਹਾਂ। ਸਾਡੇ ਵਰਗੇ ਲੋਕ ਤਾਂ ਲੜ ਲੈਣਗੇ, ਯਾਨੀ ਕਿ ਮਿਡਲ ਕਲਾਸ ਜਾਂ ਅਪਰ ਕਲਾਸ, ਕਿਉਂਕਿ ਅਸੀਂ ਦੋ ਦੋ ਮਹੀਨੇ ਦਾ ਰਾਸ਼ਨ ਆਪਣੇ ਘਰਾਂ 'ਚ ਪਾ ਲਿਆ ਆਪਣੀ ਫੈਮਿਲੀਜ਼ ਲਈ। ਮੁੱਦਾ ਆਉਂਦਾ ਲੋਅਰ ਕਲਾਸ ਦਾ, ਜਿਹੜੇ ਬੰਦੇ ਹਰ ਰੋਜ਼ ਦਿਹਾੜੀ ਕਰਦੇ ਨੇ ਉਹ ਆਪਣੇ ਬੱਚਿਆਂ ਨੂੰ ਕਿੱਥੋਂ ਖਾਣਾ ਖਵਾਉਣਗੇ। ਮੈਨੂੰ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ। ਤੁਹਾਡੇ ਆਲੇ ਦੁਆਲੇ ਜਿੰਨੇ ਵੀ ਲੋਕ ਨੇ ਜਿਨ੍ਹਾਂ ਨੂੰ ਜ਼ਰੂਰਤ ਹੈ, ਜੋ ਤੁਹਾਡੇ ਕੰਮ ਵਾਲੀਆਂ ਨੇ, ਤੁਹਾਡੀ ਮੇਡ ਨੇ, ਔਰ ਜੋ ਤੁਹਾਡੇ ਔਫਿਸ 'ਚ ਕੰਮ ਕਰਦੇ ਨੇ, ਜਿਨ੍ਹਾਂ ਨੂੰ ਜ਼ਰੂਰਤ ਹੈ, ਤਾਂ ਤੁਸੀਂ ਉਹਨਾਂ ਦੀ ਹੈਲਪ ਕਰੋ। ਬਾਕੀ ਮੈਂ ਮੁੱਦਾ ਉਠਾ ਰਹੀ ਹਾਂ ਉਹਨਾਂ ਪੋਲੀਟੀਸ਼ਨਾਂ ਲਈ। ਮੈਂ ਕੁਛ ਨਿਊਜ਼ ਦੇਖੀਆਂ, ਇੱਕ ਪੋਲੀਟੀਸ਼ਨ 2-4 ਦਿਨਾਂ ਤੋਂ ਲਗਾਤਾਰ ਲੋਕਾਂ ਦੇ ਘਰ ਜਾ ਕੇ ਖਾਣਾ ਪ੍ਰੋਵਾਈਡ ਕਰਵਾ ਰਿਹਾ ਅਤੇ ਇੱਕ ਪੋਲੀਟੀਸ਼ਨ ਆਣ ਕੇ ਉਹਨੂੰ ਰੋਕ ਰਿਹਾ। ਕਿਉਂ ਖੇਡਦੇ ਹੋ ਤੁਸੀਂ ਪੋਲੀਟਿਕਸ? ਇਹ ਟਾਈਮ ਪੋਲੀਟਿਕਸ ਖੇਡਣ ਦਾ ਨਹੀਂ ਹੈਗਾ, ਇਸ ਟਾਈਮ 'ਤੇ ਇਨਸਾਨੀਅਤ ਹੀ ਕੰਮ ਆਉਣੀ ਹੈ। ਔਰ ਜੇ ਤੁਸੀਂ ਆਪਣੀ ਸਰਕਾਰ ਸਮਝ ਕੇ ਹੱਕ ਕਿਸੇ ਤੋਂ ਖੋ ਰਹੇ ਹੋ ਨਾ ਕਿ ਤੁਸੀਂ ਰੋਟੀ ਨਹੀਂ ਵੰਡ ਸਕਦੇ ਜਾਂ ਕਿਸੇ ਦਾ ਪੇਟ ਨਹੀਂ ਭਰ ਸਕਦੇ, ਤਾਂ ਤੁਸੀਂ ਗਲਤ ਹੋ। ਪਲੀਜ਼ ਇਹ ਚੀਜ਼ਾਂ ਨਾ ਕਰੋ। ਪੋਲੀਟੀਸ਼ਨ ਅਤੇ ਪੋਲੀਟਿਕਸ ਆਪਣੇ ਕੋਲ ਰੱਖੋ, ਇਹਦਾ ਕੋਈ ਫਾਇਦਾ ਨਹੀਂ ਸਾਨੂੰ। ਜੇ ਅਸੀਂ ਲੋਕ ਨਾ ਰਵਾਂਗੇ ਤਾਂ ਤੁਹਾਨੂੰ ਵੋਟਾਂ ਕੌਣ ਪਾਊਗਾ? ਰੱਬ ਦਾ ਵਾਸਤਾ, ਜਿਹੜਾ ਚੰਗਾ ਕੰਮ ਕਰਦਾ ਉਹਨਾਂ ਨੂੰ ਕਰਨ ਦਿਓ। ਉਹ ਹੋ ਸਕੇ ਤਾਂ ਆਪਣੇ ਆਲੇ ਦੁਆਲੇ ਜਿੰਨੇ ਜਾਨਵਰ ਵੀ ਨੇ ਉਹਨਾਂ ਨੂੰ ਵੀ ਰੋਟੀ ਪਾਓ, ਕਿਉਂਕਿ ਇਹ ਨਾ ਹੋਵੇ ਸਾਡੇ ਲੋਕਡਾਊਨ ਕਰਕੇ ਉਹ ਵੀ ਵਿਚਾਰੇ ਭੁੱਖੇ ਮਰ ਜਾਣ। ਸਤਿ ਸ਼੍ਰੀ ਅਕਾਲ।